ਸ਼੍ਰੀ ਭਗਤੀ ਸਹਾਏ ਵਾਸੁਦੇਵ ਭਗਤੀ ਜੀ ਦੀ ਬਾਦਸ਼ਾਹੀ ਰਸਮੇ ਗ੍ਰੰਥ ਭਗਤੀ ਸੰਪ੍ਰਦਾਇ ਗੁਰੂ ਨਾਨਕ ਦੇਵ ਦਿਹਾਏ ਮੇਰਾ ਗੁਰੂ ਗੁਰੂ ਦੇ ਅਮਰਦਾਸ ਰਾਮਦਾਸਾਂ ਦੇ ਸਹਾਏ ਅੰਤ ਮਹਾਂਗੁਰੂ ਸ੍ਰੀ ਮਹਾਰਾਜ ਜੀ ਅੰਤਿਆਏ ਤੇਗ ਬਹਾਦਰ ਸਿਮਰਿਆ ਘਰ ਨਾਮ ਤਾਂ ਵਿਭਾਈ ਸੰਤਮਾਈ ਜੀ ਸਹਾਏ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਤਮਾਈ ਜੀ ਸਹਾਏ ਦਸਮ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ ਦੀ ਆਪ ਧਿਆਨ ਕਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਜਮਨੋ ਸਾਹਿਬਜ਼ਾਦਿਆਂ ਚੜ੍ਹਦੀਆਂ ਮੁਕਤੀਆਂ ਹਨੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਮੰਗਿਆ ਗਿਆਨ ਕੀਤਾ ਇਹਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਜਿਹਨਾਂ ਸਿੱਖਾਂ ਸਿੱਖੀਆਂ
ਮਾਲ ਜਨਮ ਦਾ ਇਹ ਹੀਲਾ ਭਾਈ ਇਸ ਮਾਲ ਤੇ ਆਉਣ ਦਾ ਸਾਡਾ ਮਨੋਰਥ ਹੈ ਉਸ ਪਰਿਪੂਰਨ ਪਰਮਾਤਮਾ ਦੀ ਬੰਦਗੀ ਕਰਨਾ ਸਾਸ ਵਿਰਾਸ ਉਹਨੂੰ ਚੇਤਨ ਕਰਨਾ ਕਿ ਇਸ ਸੰਸਾਰ ਦੇ ਆਉਣ ਜਾਣ ਦੇ ਗੇਮ ਤੋਂ ਵੱਧ ਜਾਣਾ ਅਤੇ ਸਾਨੂੰ ਤੁਸੀਂ ਕਿਰਪਾ ਕਰਨ ਸਤਿਕਾਰ ਜੋ ਮਾਤਾ ਮਨਵੀਰ ਕੌਰ ਜੀ ਜੋ ਕਿ ਆਪਣੀ ਸੰਸਾਰ ਦੀ ਯਾਤਰਾ ਨੂੰ ਰੋਕਿਆ ਹੋਇਆ ਥੋੜ੍ਹੇ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸੀ ਮਾਤਾ ਜੀ ਬਹੁਤ ਪਿਆਰ ਵਾਲੇ ਸਨ ਸਾਨੂੰ ਮਿਲਦੇ ਸਨ ਗੁਰਬਾਣੀ ਪੜ੍ਹਨ ਵਾਲੇ ਸਨ ਉਸ ਬਣੀ ਨੂੰ ਪਰਮਾਤਮਾ ਨੂੰ ਇਹਦੇ ਵਿੱਚ ਲਿਆ ਕੇ ਉਸ ਆਤਮਕ ਵਹਿਗੁਰੂ ਦਾ ਸਮਰਨ ਕਰਨ ਵਾਲੇ ਸਨ ਸੋ ਸਤਿਗੁਰੂ ਜੀ ਕਿਰਪਾ ਕਰਨ ਮਾਤਾ ਮਨਮੀਰ ਕੌਰ ਜੀ ਜੋ ਕਿ ਆਪਣੇ ਪਰਿਵਾਰ ਰਿਸ਼ਤੇਦਾਰ ਸ੍ਰੀ ਜੀ ਸੋੜਾ ਜੀ ਵੀ ਚਲੇ ਗਏ ਸਨ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਸਤਿਗੁਰਾਂ ਦੀ ਬਾਣੀ ਦਾ ਉਹ ਦੱਸਦਾ ਰਿਹਾ ਹੈ ਗ੍ਰਹਿ ਜੀ ਤੁਸੀਂ ਸਹਿਜ ਪਰ ਬ੍ਰਹਮ ਸੰਭੋਗ ਪਾਏ ਗਏ ਹਨ ਉਪਰੰਤ ਵਿੱਚ ਗੁਰਦੁਆਰਾ ਸਾਹਿਬ ਜੀ ਉਹਨਾਂ ਦੀ ਯਾਦ ਨੂੰ ਮਨਾਉਂਦਿਆਂ ਹੋਇਆ ਉਹਨਾਂ ਦੇ ਨਿਮਿਤ ਗੁਰੂ ਦੀ ਬਾਣੀ ਦਾ ਕੀਰਤਨ ਹੋਇਆ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਰਹਿਮ ਕੋਸ਼ਿਸ਼ ਕਰਨ ਇਸ ਉੱਚੀ ਸੇਵਾ ਦਾ ਫਲ ਇਹਦਾ ਮਹਾਤਮ ਉਸ ਉਚਰੀ ਹੋਈ ਆਤਮਾ ਨੂੰ ਮਿਲੇ ਸਤਿਗੁਰੂ ਜੀ ਕਿਰਪਾ ਕਰਨ ਸ੍ਰੀ ਪਰਮਾਤਮਾ ਨੂੰ ਚਾਸੀ ਗਾਦੇ ਰੇਖ ਨੂੰ ਬਚਾ ਕੇ ਆਪਣੇ ਚੰਨ ਕਮਲਾ ਸਜੀਵੀ ਕਾਰ ਵਾਸਤੇ ਨਿਵਾਸ ਕੋਸ਼ਿਸ਼ ਕਰਨ ਪਿੱਛੇ ਪਰਿਵਾਰ ਦੇ ਨੇ ਹਰਿਆਰ ਧੰਨ ਮਨ ਦਾ ਬਲ ਕੋਸ਼ਿਸ਼ ਕਰਨ ਜੀ ਸੁਕਿਰਤਨੀ ਨੂੰ ਪਿਆਰ ਵਿੱਚ ਸੁਣਾਤੀ ਹੈ ਕਿਰਤਨ ਕਰਦਿਆਂ ਤੋਂ ਬਾਣੀ ਪੜ੍ਹਦਿਆਂ ਤੋਂ ਬੇਅੰਤਨਾ ਨਿਕਮਾ ਗੁਰੂ ਕਿਰਪਾ ਕਰੇ ਤਬੋ ਵਾਸਤੇ ਗੁਰੂ ਚਰਨਾਂ 'ਚ ਬੈਠ ਕੇ ਸਤਿਆਂ ਦੀ ਲਾਹ ਬਾਣੀ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰਦੇ ਰਹੀਏ ਐਸੀ ਕਿਰਪਾ ਐਸੀ ਮੇਹ ਸਤਿਗੁਰ ਜੀ ਸਾਰਿਆਂ ਉੱਤੇ ਕਰ ਆਓ ਭਾਈ ਇਸ ਮੁੰਡਾ ਬੜੇ ਪਿਆਰ ਦੇ ਨਾਲ ਅਨੰਦ ਸਿਰ ਦਾ ਪਾਠ ਕਰਕੇ ਲਾਹ ਪ੍ਰਾਪਤ ਰਾਤਲੀ ਮਹਲਾ ਕੀ ਜਾਨਾ ਕਿ ਕੋਨ ਕਾਤਲ ਗੁਰ ਪ੍ਰਸਾਦ ਅਨੰਤ ਪਿਆ ਦਿਖਾਏ ਸਤਿਗੁਰੂ ਮੈਂ ਇਹ ਨਾਮ ਦੇ
Thank you.
ਸਾਹਿਬ ਮਾਤਾ ਜੀ ਦੀ ਮੁਕਤ ਅਰਦਾਸ ਨੇ
ਪਰਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਵਾਕ ਹੈ, ਮਰਨ ਲਿਖਾਏ ਮੰਡਲ ਮੇ ਆਏ, ਜੋ ਉਪਜਿਆ ਸੁਖਿਨ ਸਾਹਿਬ ਰਾਜਾ ਬਕਰਾ ਗੋਰ ਬਕਰਾ ਤੋਂ ਫਿਰ ਵਾਰੀ ਆ ਕੋ ਆਪਣੀ ਕੋਈ ਰਮਦਾ ਤੀਰ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅਨੇਕਾਂ ਵਾਕ ਜਿਹੜੇ ਉਹ ਸਾਨੂੰ ਗਿਆਨੀ ਇਨਸਾਨਾਂ ਨੂੰ ਸਮਝਾਉਂਦੇ ਨੇ ਕਿ ਜੋ ਇੱਕ ਵਾਰੀ ਸੰਸਾਰ 'ਤੇ ਆ ਗਿਆ, ਪੈਦਾ ਹੋ ਗਿਆ, ਇੱਕ ਦਿਨ ਖਤਮ ਹੋ ਗਿਆ। ਸੋ ਉਸ ਦੇ ਹੁਕਮ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਰਵਿੰਦਰ ਸਿੰਘ ਜੀ ਦੇ ਬਾਬਾ ਪਿਛਲੇ ਦਿਨੀ ਸੰਖੇਪ ਸਮਾਜ ਤੋਂ ਬਾਅਦ ਇਸ ਸੰਸਾਰ ਤੋਂ ਚਲੇ ਗਏ। ਅਸੀਂ ਸਾਰੇ ਇਹ ਗੱਲ ਬੜੀ ਭਾਂਤ ਜਾਣਦੇ ਹਾਂ ਕਿ ਸਾਡੇ ਜੀਵਨ ਦੇ ਅੰਦਰ ਮਾਂ ਬਾਪ ਦਾ ਕੀ ਸਥਾਨ, ਦੱਸਣ ਦੀ ਬਹੁਤੀ ਲੋੜ ਨਹੀਂ। ਮਾਂ ਜਿਹੜੀ ਉਹ ਆਪਣੇ ਬੱਚੇ ਦੇ ਲਈ ਰੱਬ ਤੋਂ ਘੱਟ, ਜਿਹੜੀ ਪਹਿਲੀ ਦੁਨੀਆ ਦੇ ਅੰਦਰ ਆਉਣ ਦੇ ਉੱਤੇ ਬੱਚੇ ਨੂੰ ਹਰੇਕ ਚੀਜ਼ ਸਿਖਾਉਂਦੀ ਹੈ, ਪਹਿਲਾਂ ਟੀਚਰ ਪਹਿਲਾਂ ਅਧਿਆਪਕ ਸਾਰੇ ਸਿੱਖਿਆ ਦੀ ਮਾਤਾ। ਸੋ ਸਾਡੇ ਸਤਿਕਾਰਯੋਗ ਮਾਤਾ ਜੀ ਬਹੁਤ ਹੀ ਰੱਬ ਦਾ ਨਾਮ ਲੇਵਾ ਆਪਣੇ ਕੰਮ ਦੇ ਨਾਲ ਲਗਨ ਰੱਖਣ ਵਾਲੇ ਸਮੁੱਚੇ ਪਰਿਵਾਰ ਨੂੰ ਠੀਕ ਢੰਗ ਨਾਲ ਆਪਣੇ ਸਮਾਜ ਦੇ ਵਿੱਚ ਚਲਾਉਣ ਦੇ ਲਈ ਸਮਰੱਥ ਰਹੇ ਹਨ। ਸਾਡਾ ਸਾਰਿਆਂ ਦਾ ਇਸ ਸੰਸਾਰ ਦੇ ਉੱਤੇ ਆਇਆ ਤਾਂ ਹੀ ਸਾਰਥਕ ਹੈ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੇ ਆਪਣੇ ਬੱਚੇ ਆ ਉਹ ਜਾਨਵਰ ਵੀ ਪਾਲਦੇ ਆ, ਪਸ਼ੂ ਪੰਛੀ ਵੀ ਪਾਲਦੇ ਆ। ਇੱਕ ਇਨਸਾਨ ਦੇ ਹਿੱਸੇ ਆਇਆ ਕਿ ਇਹ ਆ ਸਮਾਜ ਜਿਹੜੇ ਤਸ਼ਰੀ ਕਰਦੇ ਆ ਉਹਨੂੰ ਸੋਚ ਸਮਝ ਕੇ ਸੋਹਣਾ ਰਹਿਣ ਨੂੰ ਬਣਾਇਆ ਜਾਵੇ, ਚੰਗਾ ਬਣਾਇਆ ਜਾਵੇ। ਸੋ ਮਾਂ ਜਿਹੜੀ ਉਹ ਬੱਚੇ ਨੂੰ ਸਮਾਜ ਦੇ ਵਿੱਚ ਵਿਚਰਦਿਆਂ ਹਰੇਕ ਚੰਗੀਆਂ ਮਾੜੀਆਂ ਥਾਵਾਂ ਤੋਂ ਹਮੇਸ਼ਾ ਸਾਡੇ ਜੀਵਨ ਦੇ ਅੰਦਰ, ਚਾਹੇ ਅਸੀਂ ਆਪ ਖੁਦ ਵਜੋਂ ਖੋਜੀਏ, ਪਰ ਮਾਂ ਬਾਪ ਦੀ ਹਮੇਸ਼ਾ ਜਿਹੜੀ ਲੋੜ ਹੈ ਉਹ ਸਾਨੂੰ ਬਣੇਗੀ। ਇਸ ਪਰਿਵਾਰ ਦੇ ਵਿੱਚ ਕੜੀ ਦੇ ਤੌਰ ਦੇ ਉੱਤੇ ਮਾਤਾ ਨੇ ਆਪਣੇ ਬੱਚਿਆਂ ਨੂੰ ਚੰਗਾ ਪਾਲਿਆ ਪੋਸਿਆ। ਪਿਛਲੇ ਦਿਨੀ ਮਾਤਾ ਕਰਮਾਂ ਵਾਲੇ ਨੇ ਆਪਣੇ ਘਰੇ ਪਰਿਵਾਰ ਦੇ ਵਿੱਚ ਦਿੱਤੇ ਗਏ ਨੇ, ਜਾਂਦੀ ਵਾਰ ਪ੍ਰਮੋਦੇ ਦਾ ਉਹ ਵੀ ਦੇਖਦੇ ਗਏ ਨੇ। ਅਸੀਂ ਸਾਰੇ ਸਮਝਦੇ ਹਾਂ ਧਿਆਨ ਤੌਰ 'ਤੇ ਚੰਗੀ, ਪਰ ਮਨੁੱਖ ਆ ਜਿਹੜਾ ਉਹ ਮਾਂ ਬਾਪ ਦਾ ਕਰਜ਼ਾ ਜਿਹੜਾ ਕਦੇ ਵੀ ਦੇ ਨਹੀਂ ਸਕਦਾ। ਸਭ ਤੋਂ ਵੱਡੇ ਵੀ ਕਿਹੜੀ ਗੱਲਾਂ ਕਰਦੇ ਆ, ਕਹਿੰਦੇ ਅਕਬਰ ਬਾਦਸ਼ਾਹ ਜਦੋਂ ਬਾਦਸ਼ਾਹ ਬਣ ਗਿਆ ਤਾਂ ਉਹਨੇ ਕਿਹਾ ਵੀ ਮਾਂ ਮੈਂ ਤੇਰਾ ਜਿਹੜਾ ਕਰਜ਼ਾ ਲਾਉਣਾ ਚਾਹੁੰਦਾ, ਤੂੰ ਮੈਨੂੰ ਦੱਸ ਮੈਂ ਤੇਰੇ ਲਈ ਕੀ ਕਰ ਸਕਦਾ। ਮੈਂ ਬਾਦਸ਼ਾਹ ਬਣ ਗਿਆ, ਮੈਂ ਹਰੇਕ ਵੀ ਤੈਨੂੰ ਪ੍ਰੋਵਾਈਡ ਕਰਾ ਸਕਦਾ, ਦੇ ਸਕਦਾ। ਤਾਂ ਮਾਂ ਨੇ ਉਹਨੂੰ ਕਿਹਾ ਵੀ ਪੁੱਤ ਮਾਂ ਬਾਪ ਦਾ ਦੇਣਾ ਬੱਚਾ ਦੇ ਨਹੀਂ ਸਕਦਾ, ਨਹੀਂ ਉਹਨਾਂ ਨਾਲ ਬਾਦਸ਼ਾਹ ਨੂੰ ਮੈਨੂੰ ਕਹਿ ਜਿਹੜੀ ਗੱਲ ਕਹੇਗੀ ਉਹ ਹਾਜ਼ਰ ਹੋਵੇਗੀ। ਤਾਂ ਮਾਂ ਨੇ ਕਿਹਾ ਪੁੱਤ ਕੋਈ ਗੱਲ ਨਹੀਂ, ਅੱਜ ਤੇ ਕਰਾ ਮੇਰਾ ਦੱਸੋ। ਆਉਂਦੇ ਅਕਬਰ ਬਾਦਸ਼ਾਹ ਆਪਣੀ ਮਾਂ ਦਾ ਪੈ ਗਿਆ, ਅੱਧੀ ਰਾਤ ਨੂੰ ਮਾਤਾ ਉੱਠੀ, ਬਿਸਤਰੇ ਤੇ ਉਹਨੇ ਪਾਣੀ ਦਾ ਜਿਹੜਾ ਕੱਪ ਕਹਿ ਸਕਦੇ ਆਪਾਂ ਗਲਾਸ ਬੋਤਾ, ਫੇਰ ਪੈ ਗਈ। ਹੁਣ ਗਿੱਲੇ ਥਾਂ ਦੇ ਉੱਤੇ ਨੀਂਦ ਨਹੀਂ ਨੂੰ ਆਵੇ, ਅਕਬਰ ਬਾਦਸ਼ਾਹ ਸਾਰੇ ਵਾਲੇ ਪਾਸੇ ਵੱਟਦਾ ਆ। ਸੁਬਹ ਉੱਠੇ ਤੇ ਮਾਂ ਕਹਿੰਦੀ ਵੀ ਕੀ ਗੱਲ, ਮਤਲਬ ਤੇਰੇ ਅੱਖਾਂ ਦੇ ਉੱਤੇ ਨੀਂਦ ਆ, ਮੈਨੂੰ ਕਿਧਰ ਨਾ ਕਿਤੇ ਬਚਾਇਣ ਲੱਗਦਾ ਤੂੰ। ਉਹਦਾ ਮਾਂ ਗਿੱਲਾ ਥਾਂ ਸੀ, ਨੀਂਦ ਨਹੀਂ ਆਈ। ਉਹ ਕਹਿੰਦੀ ਮੈਂ ਵੇਖ ਲਾ ਕਿੰਨੀਆਂ ਰਾਤਾਂ ਗਿੱਲੇ ਥਾਂ ਦੇ ਉੱਤੇ ਪਾ ਕੇ
ਇਹਨੂੰ ਸੁੱਖੇ ਫਲ ਉੱਤੇ ਪਾ ਕੇ ਜਾਏਗਾ। ਸੋ ਵੀ ਹੱਥ ਜੋੜ ਕੇ ਖੜਾ ਹੋ ਗਿਆ ਕਿ ਮਾਂ ਬਾਪ ਦਾ ਦੇਣਾ ਜਿਹੜਾ ਉਹ ਇਨਸਾਨ ਦੇ ਨਹੀਂ ਸਕਦਾ, ਸਾਨੂੰ ਹਮੇਸ਼ਾ ਉਹਨਾਂ ਦੀ ਅਗਵਾਈ ਦੀ ਲੋੜ ਹੈ। ਸਾਡਾ ਇਹ ਸਮਾਜ ਦੇ ਵਿੱਚ ਆਇਆ ਸਾਥ ਵੀ ਤਾਂ ਹੀ ਹੈ ਜੇ ਅਸੀਂ ਸਮਾਜ ਨੂੰ ਰਹਿਣ ਜੋਗ ਕਰਾਉਂਦੇ ਹਾਂ। ਅੱਜ ਦੇ ਹਾਲਾਤ ਆ ਜਿਹੜੇ ਉਹ ਸਾਡੇ ਸਾਰਿਆਂ ਦੇ ਸਮਾਜ ਹੁੰਦੇ ਜਾ ਰਹੇ, ਕਿਉਂਕਿ ਮਨੁੱਖ ਆ ਜਿਹੜਾ ਨਜ਼ਰਾਂ ਦੇ ਵਿੱਚ ਅਸੀਂ ਇੰਨੇ ਖੁਰਦਰਦ ਹੋ ਗਏ ਹਾਂ ਕਿ ਆਪਣੇ ਚੰਗੀਆਂ ਸਹੂਲਤਾਂ ਪੈਦਾ ਕਰਨ ਦੇ ਲਈ ਅਸੀਂ ਆਪਣੇ ਆਪ ਹੀ ਮੱਕੜੀਆਂ ਨੂੰ ਆਪਣੇ ਤਾਣੇ ਜਾਲੇ ਦੇ ਵਿੱਚ ਖੁੱਲ੍ਹਦੇ ਜਾ ਰਹੇ ਹਾਂ। ਅਸੀਂ ਧਰਤੀ ਇੰਨੀ ਪ੍ਰਯੋਗ ਕਰਤੀ ਹੈ, ਵਾਤਾਵਰਨ ਇੰਨਾ ਗੰਦਾ ਕਰਤਾ ਹੈ ਕਿ ਅੱਜ ਮੋੜਵੇ ਰੂਪ ਦੇ ਵਿੱਚ ਸਾਨੂੰ ਉਹ ਵਾਤਾਵਰਨ ਜਿਹੜਾ ਉਹ ਕਿੰਨਾ ਕਿਤੇ ਬਿਮਾਰੀਆਂ ਬਣ ਰਿਹਾ। ਸੋ ਜਦੋਂ ਅਸੀਂ ਕਿਤੇ ਜੁੜ ਕੇ ਬੈਠਦੇ ਹਾਂ, ਵੈਸੇ ਤਾਂ ਮਨੁੱਖ ਇੰਨਾ ਮੇਰੇ ਕੋਲ ਟਾਈਮ ਨਹੀਂ, ਪਰ ਜਦੋਂ ਕਿਤੇ ਅਸੀਂ ਭੋਗਾਂ ਦੇ ਉੱਤੇ ਜਾਣ ਕਰਕੇ ਕਿਤੇ ਜੁੜ ਕੇ ਬੈਠਦੇ, ਸਾਨੂੰ ਸੋਚਣਾ ਜ਼ਰੂਰ ਚਾਹੀਦਾ ਕਿ ਸਾਰੇ ਕਸ਼ਟ ਨੂੰ ਕਿਵੇਂ ਰੋਕਿਆ ਜਾ ਸਕਦਾ ਤਾਂ ਕਿ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਚੰਗਾ ਜੀਵਨ ਜਿਉ ਸਕਣ, ਚੰਗਾ ਆਪਣਾ ਜਿਹੜਾ ਤੰਦਰੁਸਤ ਜੀਵਨ ਇਹ ਸਮਾਜ ਦੇ ਅੰਦਰ ਵਿਜਾ ਸਕਣ। ਪਰ ਜਿਹੜੇ ਅੱਜ ਅਸੀਂ ਲੋਕ ਬੈਠੇ ਹਾਂ, ਮੈਂ ਸਮਝਦਾ ਸਾਡੀ ਪੀੜ੍ਹੀ ਹੈ ਜਿਹੜੀ ਉਹਨੇ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲਾਂ ਦਾ ਜਿਹੜਾ ਭਵਿੱਖ ਉਹ ਧੁੰਦਲਾ ਕਰਤਾ ਬਿਲਕੁਲ, ਉਹਨਾਂ ਦੇ ਕੋਲ ਅੰਧੇਰਾ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਸਾਰੇ ਜਾਣਦੇ ਹਾਂ। ਜਦੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਬੈਠੇ ਮੈਂ ਲੰਬੀ ਗੱਲ ਕਰਦਾ, ਇੱਕ ਵਾਰ ਫਿਰ ਉਸ ਪਿਛੜੀ ਰੂਹ ਦੇ ਲਈ ਜਿੱਥੇ ਮੈਂ ਆਪਣੇ ਵੱਲੋਂ ਆਪਣੀ ਸੂਚੀ ਜਤਨ ਦੀ ਪੀ ਐਸ ਸੀ ਵੀ ਲਾਈਫ ਹੇਠ ਪੰਜਾਬ ਵੱਲੋਂ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਦੇ ਨਾਲ ਜਿੱਥੇ ਦਿਲੋਂ ਸ਼ਰੀਕ ਹੈ ਉੱਥੇ ਉਸ ਪਰਮਾਤਮਾ ਮੂਹਰੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਸ ਵਿਛੜੀ ਨੂੰ ਆਪਣੇ ਚਰਨਾਂ ਦੇ ਵਾਸ ਬਖਸ਼ ਔਰ ਮਗਰ ਸਾਨੂੰ ਸਾਰਿਆਂ ਨੂੰ ਉਹ ਪਾਠ ਕਰਨ ਦਾ ਬਲ ਬਖਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਉਹਨੂੰ ਯਾਦ ਕਰਦੀ ਆ ਕਿ ਮੇਰਾ ਉਹਨੇ ਬੀਬੀ ਚੈੱਕ ਕਰ ਲਿਆ, ਮੈਨੂੰ ਉਹਨੇ ਗੋਲੀ ਦਿੱਤੀ,
ਆਪਣੇ ਵਿਦਵਾਨ ਲੈਂਗੁਏਜ 'ਚ ਬੜਾ ਚੈੱਕ ਕਰ ਲਿਆ, ਹਰ ਵਕਤ ਮਤਲਬ ਰੂਹ ਦੇ ਵਿੱਚ ਬੱਚਿਆਂ ਦੇ ਵਿੱਚ ਸੀ। ਨਾਨਕ ਪ੍ਰਭਾਤ ਨੇ ਜਿਸ ਤਰ੍ਹਾਂ ਅਸੀਂ ਬਾਅਦ ਚੁੱਕੀ ਮਾਈਆਂ ਵੀ ਸਾਨੂੰ ਵੀ ਤੋਂ ਸਬਕ ਲੈਣਾ ਚਾਹੀਦਾ। ਪਰ ਜਿਸ ਢੰਗ ਦੇ ਨਾਲ ਅੱਜ ਲੋਕ ਕੱਚੇ ਪੌਦ ਦਾ ਹੀ ਕੱਚੇ ਵਿਦਿਆ ਕਿਸੇ ਨੂੰ ਦੋ ਮਿੰਟ ਦਾ ਟਾਈਮ ਨਹੀਂ ਗਾ, ਉਹ ਜਿਹੇ ਢੰਗ ਦੇ ਉੱਤੇ ਸਾਨੂੰ ਵੀ ਸਿੱਖਿਆ ਲੈਣੀ ਚਾਹੀਦੀ ਆ ਕਿ ਅਸੀਂ ਆਪਣੇ ਮਾਂ ਪਿਓ ਦਾ ਉਹ ਜਿਹੇ ਢੰਗ ਦੇ ਨਾਲ ਸਤਿਕਾਰ ਕਰੀਏ ਜਿਸ ਤਰ੍ਹਾਂ ਦਾ ਰਵਿੰਦਰ ਸਿੰਘ ਉਹਨਾਂ ਨੇ ਕੀਤਾ। ਸੋ ਮੈਂ ਜਿਹੜਾ ਵਾਹਿਗੁਰੂ ਸਾਨੂੰ ਦਾ ਹੀ ਆ, ਮੈਂ ਸਾਰਿਆਂ ਦਾ ਪ੍ਰਭਾਵ ਨਹੀਂ ਹੋ ਕਿ ਸਾਡੇ ਰਿਟਾਇਰਡ ਡਿਪਟੀ ਚੀਫ ਇੰਜੀਨੀਅਰ ਇੰਜੀਨੀਅਰ ਤਬਰੂਕ ਸਿੰਘ ਜੀ, ਸਾਡੇ ਐਸ ਡੀ ਓ ਗੁਰਦਾਸ ਸਿੰਘ ਜੀ, ਸਲੇਮਪੁਰ ਤੋਂ ਸਾਬਕਾ ਸਰਪੰਚ ਇੰਦਰਜੀਤ ਜੀ, ਸਾਡੇ ਗੁਰਨਾਮ ਸਿੰਘ ਬਿੰਦ ਸਾਬਕਾ ਪ੍ਰਧਾਨ ਪੰਜਾਬ, ਸਾਡੇ ਕਾਮ ਰਜਿੰਦਰ ਸਿੰਘ ਭੱਠਲ ਸਾਬਕਾ ਸਰਪੰਚ ਪ੍ਰਧਾਨ, ਅਤੇ ਹੋਰ ਵੀ ਬਹੁਤ ਜਿਹੜੇ ਜਿੱਥੇ ਕੁਝ ਆਗੂ ਆਏ ਆ ਉਹਨਾਂ ਨੂੰ ਕਿਉਂਕਿ ਸੰਬੰਧ ਅਤੇ ਸਾਡੀ ਮਨੀਤ ਸਿੰਘ ਜੀ ਐਸ ਡੀ ਓ ਆਪਣਾ ਰਹਿ ਰਹੇ ਨੇ, ਲੁਧਿਆਣੇ ਦੀ ਜਸਵੀਰ ਸਿੰਘ ਜੀ ਐਸ ਡੀ ਓ ਆਪਣਾ ਉਹ ਵੀ ਆਇਆ। ਸੋ ਮੈਂ ਪਰਿਵਾਰ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਦੁੱਖ ਦੀ ਘੜੀ ਦੇ ਵਿੱਚ ਆ ਕੇ ਦੁੱਖ ਮਨਾਇਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਾ ਲੰਗਰ ਲੱਗਿਆ ਹੋਇਆ, ਜੇ ਕਿਸੇ ਪਾਣੀ ਨੇ ਨਹੀਂ ਛਕਿਆ ਆਪਣਾ ਨੇ ਇਸ ਨਿਮਰ ਬੇਨਤੀ ਆ ਕਿ ਗੁਰੂ ਕਾ ਲੰਗਰ ਛੱਕ ਕੇ ਜਾਇਓ, ਜੇ ਵਰਤੋਂ ਵੀ ਜੇ ਤੋਂ ਬਾਅਦ ਸਾਰੇ ਲੰਗਰ ਆ ਸਾਰਿਆਂ ਨੂੰ ਛੱਕ ਕੇ ਜਾਣਾ, ਸਾਰੀ ਸੰਗਤ ਦਾ ਫੇਰ ਦੁਬਾਰਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਉਦੇ ਸੋ ਨਿਹਾਲ ਸਾਧ ਸਿਆਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸੋ ਸਾਈ ਸੰਤਾਂ ਦੀ ਦੇਖ ਕਰੋ ਤੇ ਦੁਆਰਾ ਫਿਰ ਵਸਿਆ ਤਾਂ ਕੀ ਬਾਤ